ਦੇਸ਼ ਭਰ ਵਿੱਚ ਜਿੱਥੇ ਖੂਨ ਦਿਵਸ ਮੌਕੇ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ, ਉੱਥੇ ਹੀ ਬਠਿੰਡਾ ਵਿਖੇ ਅੱਜ ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਆਂਗਨਵਾੜੀ ਵਿਭਾਗ ਦੀ ਮੰਤਰੀ ਅਰੁਣਾ ਚੌਧਰੀ ਦੇ ਨਾਮ ਤੇ ਖੂਨ ਨਾਲ ਲਿਖ ਕੇ ਇੱਕ ਪੱਤਰ ਭੇਜਿਆ ਹੈ। ਦੱਸ ਦਈਏ ਕਿ ਆਂਗਨਵਾੜੀ ਆਗੂਆਂ ਨੇ ਦੱਸਿਆ ਕਿ 1 ਅਕਤੂਬਰ 2018 ਨੂੰ ਕੇਂਦਰ ਸਰਕਾਰ ਨੇ ਵਰਕਰਾਂ ਅਤੇ ਹੈਲਪਰਾਂ ਦਾ 1500 ਰੁਪਏ ਅਤੇ 750 ਰੁਪਇਆ ਮਾਨ ਭੱਤਾ ਵਧਾਇਆ ਸੀ, ਪਰ ਪੰਜਾਬ ਸਰਕਾਰ ਨੇ ਆਪਣੇ ਹਿੱਸੇ ਦੇ 40% ਪੈਸੇ ਨਹੀਂ ਪਾਏ। 900 ਰੁਪਏ ਵਰਕਰ ਅਤੇ 450 ਰੁਪਏ ਹੈਲਪਰ ਤੇ ਹੀ ਜਾਰੀ ਕੀਤੇ ਹਨ, ਜਿਸ ਦਾ ਆਂਗਨਵਾੜੀ ਜਥੇਬੰਦੀਆਂ ਵੱਲੋਂ ਭਾਰੀ ਵਿਰੋਧ ਕੀਤਾ ਜਾ ਰਿਹਾ। ਉਹਨਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਸਾਰੇ ਪੈਸੇ ਤੁਰੰਤ ਮੁਹੱਈਆ ਕਰਵਾਵੇ। ਜਦੋਂ ਤੱਕ ਸਾਨੂੰ ਸਾਡੇ ਪੈਸੇ ਵਾਪਸ ਨਹੀਂ ਮਿਲਦੇ, ਅਸੀਂ ਸੰਘਰਸ਼ ਹੋਰ ਤੇਜ਼ ਕਰਾਂਗੇ। ਆਉਣ ਵਾਲੇ ਸਮੇਂ ਵਿੱਚ ਆਂਗਨਵਾੜੀ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ 6 ਜੁਲਾਈ ਨੂੰ ਅਸੀਂ ਦੀਨਾਨਗਰ ਮੰਤਰੀ ਦੇ ਘਰ ਦੇ ਬਾਹਰ ਭੁੱਖ ਹੜਤਾਲ ਸ਼ੁਰੂ ਕਰਾਂਗੇ। ਸਾਡਾ ਅੱਜ ਮੰਗ ਪੱਤਰ ਲਿਖਣ ਦਾ ਇੱਕੋ ਹੀ ਇਹ ਮਕਸਦ ਹੈਗਾ ਵੀ ਜਿਹੜਾ ਸਾਡਾ ਪੰਜਾਬ ਸਰਕਾਰ ਨੇ ਸਾਡਾ ਬੰਦ ਦਾ 40% ਜਿਹੜਾ ਸ਼ੇਅਰ ਕੱਟ ਲਿਆ, ਅਤੇ ਅਸੀਂ ਉਹਦਾ ਪੁਰਜ਼ੋਰ ਵਿਰੋਧ ਕਰਦੇ ਹਾਂ ਵੀ ਜਿੰਨਾ ਚਿਰ ਸਾਨੂੰ ਜਿਹੜਾ ਇਹ 40% ਦਿੱਤਾ ਨਹੀਂ ਜਾਂਦਾ ਉਹਨਾਂ ਚਿਰ ਸਾਡਾ ਸੰਘਰਸ਼ ਜਾਰੀ ਰਹੂਗਾ। ਅੱਜ ਅਸੀਂ ਸਾਡੀ ਮੰਤਰੀ ਅਰੁਣਾ ਚੌਧਰੀ ਨੂੰ ਅਤੇ ਮੁੱਖ ਮੰਤਰੀ ਪੰਜਾਬ ਨੂੰ ਅਸੀਂ ਆਪਦੇ ਖੂਨ ਨਾਲ ਮੰਗ ਪੱਤਰ ਲਿਖ ਕੇ ਭੇਜ ਰਹੇ ਹਾਂ। ਜੇਕਰ ਇਹਨਾਂ ਨੇ ਸਾਨੂੰ 6 ਜੁਲਾਈ ਤੋਂ ਪਹਿਲਾਂ ਜੇ ਸਾਡੇ ਇਹਨਾਂ ਕੰਮ ਜਿਹੜਾ ਨੋਟੀਫਿਕੇਸ਼ਨ ਨਾ ਜਾਰੀ ਕੀਤਾ ਤਾਂ ਅਸੀਂ 6 ਜੁਲਾਈ ਨੂੰ ਸਾਡੀ ਮੰਤਰੀ ਅਰੁਣਾ ਚੌਧਰੀ ਦੇ ਘਰ ਅੱਗੇ ਅਸੀਂ ਭੁੱਖ ਹੜਤਾਲ 'ਤੇ ਬੈਠਾਂਗੇ, ਅਤੇ ਉਹਨਾਂ ਚਿਰ ਸਾਡੀ ਭੁੱਖ ਹੜਤਾਲ ਚੱਲੂਗੀ ਜਿੰਨਾ ਚਿਰ ਸਾਡਾ ਜਿਹੜਾ ਇਹ ਮੰਗ ਪੱਤਰ ਜਿਹੜਾ ਸਾਡਾ ਨਹੀਂ ਸਾਡਾ ਲਾਗੂ ਨਹੀਂ ਹੁੰਦਾ, ਸਾਡਾ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੇ ਕਿ ਜੋ ਸਾਡਾ ਸੈਂਟਰ ਸਰਕਾਰ ਨੇ 1500 ਰੁਪਇਆ ਮਾਣ ਭੱਤੇ ਦੇ ਵਿੱਚ ਵਾਧਾ ਕੀਤਾ ਸੀ, ਪਰ ਉਸ ਦੇ ਵਿੱਚੋਂ 40% ਸਾਨੂੰ ਪੰਜਾਬ ਸਰਕਾਰ ਨੇ ਸ਼ੇਅਰ ਕਰਨਾ ਹੁੰਦਾ, ਉਹ ਇਹਨਾਂ ਨੇ ਨਹੀਂ ਕੀਤਾ। ਇਹ ਸਾਡਾ ਮਾਣ ਭੱਤਾ ਕੱਟ ਰਹੇ ਆ, ਸਾਡਾ ਮਾਣ ਭੱਤਾ ਪੂਰੇ ਦੇ ਪੂਰੇ ਪੈਸੇ ਦਿੱਤੇ ਜਾਣ, ਨਹੀਂ ਤਾਂ ਅਸੀਂ ਆਪਦਾ ਸੰਘਰਸ਼ ਬਹੁਤ ਤੇਜ਼ ਕਰਾਂਗੇ। ਸਟਾਰ ਕੈਨੇਡਾ ਟੀਵੀ ਲਈ ਨਿਊਜ਼ ਡੈਸਕ ਤੋਂ ਬੀਰਪਾਲ ਸ਼ੇਰਗਿੱਲ ਦੇ ਨਾਲ ਬਠਿੰਡਾ ਤੋਂ ਅਵਤਾਰ ਸਿੰਘ ਕੈਂਦੀ ਰਿਪੋਰਟ।